ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਪੂਰੇ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜਿਸ ਦੇ ਵਿੱਚ ਕਾਫੀ ਸਾਰੇ ਟਾਈਮ ਤੁਹਾਡੇ ਹੋ ਹੈਗਾ ਐਪਲਾਈ ਕਰਨ ਦੇ ਲਈ ਕਿੱਦਾਂ ਐਪਲਾਈ ਕਰਨਾ ਹੈ ਕੌਣ-ਕੌਣ ਐਪਲਾਈ ਕਰ ਸਕਦਾ ਹੈ ਇਹਨਾਂ ਕਲਰਕਾਂ ਦੀ ਪੋਸਟਾਂ ਲਈ ਤੁਹਾਨੂੰ ਮੈਂ ਕੰਪਲੀਟ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਦੇ ਵਿੱਚ ਦਵਾਂਗਾ ਸੋ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਜੀ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਸਾਰੀਆਂ ਹੋਰ ਵੀ ਵੈਕੈਂਸੀਜ਼ ਜਿਹੜੀਆਂ ਨੇ ਜੀ ਉਹ ਆਊਟ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ meetacademy.xyz ਤੇ ਜਾ ਕੇ ਚੈੱਕ ਕਰ ਸਕਦੇ ਹੋ Google 'simple' ਟਾਈਪ ਕਰੋਗੇ meetacademy ਤੁਹਾਨੂੰ ਫਰਸਟ ਨੰਬਰ ਤੇ ਸਾਡੀ ਵੈਬਸਾਈਟ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੇ ਜੌਬ ਰਿਲੇਟਿਡ ਅਪਡੇਟਸ ਚਾਹੀਓ ਕਿਸੇ ਵੀ ਗਵਰਨਮੈਂਟ ਅਨਾਊਂਸਮੈਂਟ ਦੇ ਹੋਣ ਜਾਂ ਫਿਰ ਕੋਈ ਵੀ ਲੇਟੈਸਟ ਕਿਸੇ ਰਿਜ਼ਲਟ ਦੇ ਰਿਲੇਟਿਡ ਹੋਵੇ ਜਾਂ ਲੇਟੈਸਟ ਕਿਸੇ ਐਗਜ਼ਾਮ ਦੇ ਰਿਲੇਟਿਡ ਹੋਣ ਸਾਰੇ ਅਪਡੇਟ ਤੁਹਾਨੂੰ ਜਿਹੜੇ ਸਭ ਤੋਂ ਪਹਿਲਾਂ ਮਿਲ ਜਾਂਦੇ ਨੇ ਸੋ ਜਰੂਰ ਆਪ ਸਬਸਕ੍ਰਾਈਬ ਕਰ ਲੈਣਾ ਜੀ ਔਰ ਇਸ ਅਪਡੇਟ ਦੇ ਲਈ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਸਭ ਤੋਂ ਪਹਿਲਾਂ ਇਸ ਅਪਲਾਈ ਕਿੱਦਾਂ ਕਰਨਾ ਹੈ ਉਹ ਦੱਸ ਦਿੰਨਾ ਜੀ ਇਹ ਆਫਲਾਈਨ ਐਪਲੀਕੇਸ਼ਨ ਫਾਰਮ ਹੈ ਜਿਹੜਾ ਤੁਸੀ ਭਰਨਾ ਹੋਏਗਾ ਇਸ ਦੇ ਵਿੱਚ ਕਾਫੀ ਕੈਂਡੀਡੇਟ ਦੀ ਕਮੈਂਟ ਆਉਂਦੇ ਨੇ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਭਰਨ ਦੇ ਵਿੱਚ ਸਿੰਪਲ ਕੁਝ ਨਹੀਂ ਹੈ ਜੀ ਇਹਦਾ ਪ੍ਰਿੰਟਰ ਤੁਸੀ ਕਿਸੇ ਵੀ ਕੈਫੇ ਤੋਂ ਲੈ ਲੈਣਾ A4 ਸ਼ੀਟ ਦੇ ਉੱਪਰ ਸਭ ਤੋਂ ਪਹਿਲਾਂ ਇਹ ਤੁਸੀ ਫੋਟੋ ਜਿਹੜੀ ਹੈ ਜੀ ਉਹ ਲਗਾ ਲੈਣੀ ਹੈ ਰੀਸੈਂਟਲੀ ਖਿੱਚਵਾਈ ਹੋਈ ਇਸ ਦਾ ਲਿੰਕ ਮੈਂ ਤੁਹਾਨੂੰ ਫਾਰਮ ਦਾ ਡਾ ਦੇਤਾ ਡਿਸਕ੍ਰਿਪਸ਼ਨ ਚ ਪਹਿਲੇ ਨੰਬਰ ਤੇ ਜ਼ਰੂਰ ਚੈੱਕ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਐਜ਼ ਇਟ ਇਜ਼ ਹੀ ਇਹਦਾ ਪ੍ਰਿੰਟ ਆਊਟ ਲੈਣਾ ਕੋਈ ਚੇਂਜਸ ਨਹੀਂ ਕਰਨੇ ਸਭ ਤੋਂ ਪਹਿਲੇ ਇੱਥੇ ਆਪਣੀ ਇੱਕ ਫੋਟੋ ਲਗਾ ਆਪਣੀ ਫੋਟੋ ਲਗਾਣ ਤੋਂ ਬਾਅਦ ਇੱਥੇ ਨਾਮ ਪਰਨਾ ਹੈ ਪੂਰਾ ਕੈਪੀਟਲ ਵਰਡਸ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਇੱਥੇ ਡੇਟ ਆਫ ਬਰਥ ਜਿਹੜੀ ਹੈ ਜੀ ਉਹ ਭਰ ਦੇਣੀ ਹੈ ਨੈਕਸਟ ਤੁਸੀਂ ਡੇਟ ਆਫ ਬਰਥ ਈਅਰਸ ਦੇ ਵਿੱਚ ਲਿਖੋਗੇ ਈਅਰ ਦੇ ਵਿੱਚ ਕਿਦਾਂ ਹੈ ਠੀਕ ਹੈ ਕਿੰਨੇ ਈਅਰ ਤੁਹਾਡੀ ਹੋ ਗਏ ਮਨਥ ਕਿੰਨੇ ਡੇਸ ਕਿੰਨੇ ਨੇ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਜਿਹੜੀ ਕੁਆਲੀਫਿਕੇਸ਼ਨ ਹੈ ਜੀ ਉਹ ਤੁਸੀਂ ਇੱਥੇ ਭਰਨੀ ਹੋਏਗੀ ਕੁਆਲੀਫਿ ਪਰਮਨੈਂਟ ਐਡਰੈਸ ਜਿਹੜਾ ਹੈ ਜੀ ਉਹ ਤੁਸੀਂ ਇੱਥੇ ਭਰਨਾ ਹੋਏਗਾ ਕੋਰਸਪੋਂਡੈਂਟਸ ਐਡਰੈਸ ਪਰ ਮੈਂ ਨੈਸ਼ਨੈਲਿਟੀ ਜਿਹੜੀ ਹੈ ਜੀ ਤੁਸੀਂ ਇੱਥੇ ਭਰ ਸਕਦੇ ਹੋ ਜੀ ਨੈਕਸਟ ਅਗਰ ਮੈਂ ਗੱਲ ਕਰਾਂ ਐਕਸਪੀਰੀਅੰਸ ਦੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਐਕਸਪੀਰੀਅੰਸ ਹੈਗਾ ਜੀ ਤਾਂ ਤੁਸੀਂ ਇੱਥੇ ਜਿਹੜਾ ਹੈ ਜੀ ਉਹ ਮੈਂਸ਼ਨ ਕਰ ਸਕਦੇ ਹੋ ਉਸ ਤੋਂ ਬਾਅਦ ਅਗਰ ਤੁਹਾਡੇ ਨਾਮ ਤੇ ਕੋਈ ਐਫ ਆਈ ਆਰ ਜਾਂ ਕ੍ਰਿਮੀਨਲ ਕੇਸ ਹੈਗਾ ਉਹ ਵੀ ਇੱਥੇ ਮੈਂਸ਼ਨ ਕਰ ਸਕਦੇ ਹੋ ਤੁਸੀਂ ਨੈਕਸਟ ਅਗਰ ਗੱਲ ਕਰੀਏ ਸਿਗਨੇਚਰ ਕਰਨੇ ਨੇ ਡੇਟ ਲਗਾ ਤੇ ਲਿਖਣੀ ਹੈ ਜੀ ਜਿਸ ਦਿਨ ਭਰ ਰਹੇ ਹੋ ਔਰ ਨਾਲ ਲਗਾਣੇ ਨੇ ਸਾਰੇ ਕਲੀਅਰ ਤੁਹਾਡੀ ਜਿਹੜੀ ਫੋਟੋ ਕਾਪੀਸ ਨੇ ਤੁਹਾਡੀ ਕੁਆਲੀਫਿਕੇਸ਼ਨ ਐਕਸਪੀਰੀਅੰਸ ਔਰ ਤੁਹਾਡੇ ਪਰਸਨਲ ਡਾਕੂਮੈਂਟਸ ਦੀ ਔਰ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਜਿਹੜਾ 17 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੇ ਨੇ ਸ਼ੇਅਰ ਕਰ ਦੇਣੇ ਨੇ ਜੀ ਸੋ ਚਲੋ ਹੁਣ ਗੱਲ ਕਰ ਲੈਣੇ ਪੋਸਟਾਂ ਦੇ ਬਾਰੇ ਵਿੱਚ ਬਰੀਫ ਦੇ ਵਿੱਚ ਇਸਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਕਲਰਕ ਦੀਆਂ ਵੈਕੈਂਸੀਸ ਆਊਟ ਹੋਈਆਂ ਨੇ 8 ਜਿਸਦੇ ਵਿੱਚ ਜਨਰਲ ਦੇ ਲਈ 3 ਨੇ ਐਸਸੀ ਦੇ ਲਈ 3 ਨੇ ਠੀਕ ਹੈ ਜੀ ਉਸ ਤੋਂ ਬਾਅਦ ਈਐਸਐਮ ਦੇ ਲਈ ਇੱਕ ਹੈ ਔਰ ਹੈਂਡੀਕੈਪ ਦੇ ਲਈ ਇੱਕ ਵੈਕੈਂਸੀ ਆਊਟ ਹੋਈ ਹੈ ਇਸਦੇ ਵਿੱਚ ਕੰਸੋਲੀਡੇਟਿਵ ਮੰਥਲੀ ਸੈਲਰੀ ਤੁਹਾਡੀ ਐਸ ਪਰ ਗਵਰਨਮੈਂਟ ਨੋਰਮ ਰਹੇਗੀ ਜਿਸਦੇ ਵਿੱਚ ਤੁਹਾਨੂੰ ਡੀਸੀ ਰੇਟ ਦੇ ਅਕੋਰਡਿੰਗਲੀ ਦਿੱਤੀ ਜਾਏਗੀ ਇਸਦੇ ਵਿੱਚ ਜਿਹੜੀ ਸੈਲਰੀ ਤੁਹਾਡੀ ਮਿਨੀਮਮ ਵੈਸੇ ਹੁੰਦੀ ਹੈ 10600 ਤੋਂ ਲੈ ਕੇ 34800 ਹੁੰਦੀ ਹੈ ਜੀ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਬਾਕੀ ਤੁਹਾਨੂੰ ਜਿਹੜਾ ਵਾਈਲ ਜੁਆਇਲਿੰਗ ਦੱਸਿਆ ਹੀ ਜਾਏਗਾ ਕੈਂਡੀਡੇ ਆਊਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਔਰ ਤੁਹਾਨੂੰ ਕੰਪਿਊਟਰ ਦੇ ਵਿੱਚ ਪ੍ਰੋਫੀਸ਼ੀਐਂਸੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਸ ਦੇ ਲਈ ਤੁਸੀਂ ਜ਼ਰੂਰ ਇਸ ਦੇ ਲਈ ਆਪਣੀ ਤਿਆਰੀ ਜਿਹੜੀ ਹੈ ਰੱਖ ਲੈਣੀ ਹੈ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਔਰ ਰੈਲੈਕਸੇਸ਼ਨ ਜਿਹੜੀ ਤੁਹਾਨੂੰ ਦਿੱਤੀ ਜਾਏਗੀ ਐਸ ਪਰ ਗਵਰਨਮੈਂਟ ਨੋਰਮ ਬਾਕੀ ਫਾਰਮ ਨਾ ਨੀਚੇ ਅਟੈਚ ਕੀਤਾ ਹੋਇਆ ਹੈ ਜੀ ਇਸ ਦੇ ਵਿੱਚ ਤੁਹਾਡਾ ਜਿਹੜਾ ਹੈ ਜੀ written test ਜਿਹੜਾ ਹੋਏਗਾ ਉਹ ਹੈਗਾ ਇੰਗਲਿਸ਼ ਕੰਪੋਜੀਸ਼ਨ ਦਾ 25 ਮਾਰਕਸ ਦਾ ਹੋਏਗਾ ਪੰਜਾਬੀ ਦਾ 25 ਮਾਰਕਸ ਦਾ ਔਰ ਜਨਰਲ ਨੌਲੇਜ ਦਾ 50 ਮਾਰਕਸ ਦਾ ਚ ਹੋਣ ਵਾਲਾ ਹੈ ਜੀ ਜਦੀ ਤਿਆਰੀ ਤੁਸੀਂ ਕਰ ਲੈਣੀ ਹੈ ਵੈਨਿਊ ਜਿਹੜੀ ਹੋਏਗੀ ਟੈਸਟ ਔਰ ਇੰਟਰਵਿਊ ਦੀ ਨੋਟੀਫਾਈ ਕੀਤੀ ਜਾਏਗੀ 25 3 2022 ਤੋਂ ਬਾਅਦ ਠੀਕ ਹੈ ਜੀ ਔਰ ਉਸ ਦੇ ਵਿੱਚ ਵੈਬਸਾਈਟ ਤੇ ਇਹਨਾਂ ਨੇ ਨੋਟੀਫਿਕੇਸ਼ਨ ਦਿੱਤਾ ਹੋਇਆ ਹੈ ਤੁਸੀਂ ਜਰੂਰ ਜਾ ਕੇ ਚੈੱਕ ਕਰ ਲੈਣਾ 17 3 2022 ਤੱਕ ਤੁਹਾਡੀ ਅਪਲੀਕੇਸ਼ਨ ਸ਼ਾਮ 5:00 ਤੱਕ ਦਿੱਤੇ ਗਏ ਐਡਰੈਸ ਤੇ ਪਹੁੰਚਣੇ ਚਾਹੀਦੀਆਂ ਨੇ ਇਨਡਾਇਰੈਕਟ ਅਪਲੀਕੇਸ਼ਨ ਫਾਰਮ ਇਨਕੰਪ ਕੁਇਟ अवेलेबल ਹੈਗੇ ਨਹੀਂ ਜੀ ਉਸ ਤੋਂ ਬਾਅਦ ਐਪਲੀਕੇਸ਼ਨ ਫਾਰਮ ਤੁਹਾਨੂੰ ਦਿੱਤਾ ਹੋਇਆ ਹੈ ਮੈਂ ਡਾਊਨਲੋਡ ਜ਼ਰੂਰ ਕਰ ਲੈਣਾ ਡਿਸਕ੍ਰਿਪਸ਼ਨ ਦੇ ਵਿੱਚੋਂ ਡਾਇਰੈਕਟ ਲਿੰਕ ਦੇ ਦਾਂਗਾ ਜੀ ਤੁਹਾਨੂੰ ਕਿਤੇ ਜਾਣਾ ਨਹੀਂ ਪਏਗਾ ਸੋ ਇਹ ਨੋਟੀਫਿਕੇਸ਼ਨ ਜਿਹੜਾ ਜੀ ਕੋਰਟ ਵਿੱਚ ਆਊਟ ਹੋਈ ਹੈ ਨੇ ਜਲਦੀ ਨਾਲ ਜਾ ਕੇ ਤੁਸੀਂ ਇਹਦੇ ਲਈ ਅਪਲਾਈ ਕਰ ਲਵੋ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਿੱਤਾ ਹੈ ਜੀ ਨੋਟੀਫਿਕੇਸ਼ਨ ਨੂੰ ਪੜਨ ਦੇ ਲਈ ਡਾਊਨਲੋਡ ਜ਼ਰੂਰ ਕਰ ਲੈਣਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ